ਕੱਡੇ ਕੱਡੇ ਸਿਸਟਮ ਦੇਖੋ ਵਧੀਆ ਲੱਗਦੀ ਆ ਇੰਜਨ ਕਿੱਡਾ ਲੱਗਦਾ ਯਾਰ ਆਹ ਚੀਜ਼ ਕਟਵਾ ਕੇ ਲੈ ਕੇ ਜਾਣੀ ਹੈ ਇਹਨੂੰ ਕਰਾਂਗੇ ਫਿੱਟ ਜੈਨੂਨ ਜੀ ਚੀਜ਼ ਲੱਗਦੀ ਆ ਉਹ ਦੇਖੋ ਹਾਂਜੀ ਵੀਰੋ ਸਤਿ ਸ਼੍ਰੀ ਅਕਾਲ ਤੇ ਕੀ ਹਾਲ ਚਾਲ ਉਮੀਦ ਕਰਦਾ ਸਾਰੇ ਵਧੀਆ ਹੋਵੇਗੇ ਸਿਹਤ ਪੱਖੋਂ ਘੈਂਟ ਹੋਵੇਗੇ ਆਪਣੇ ਟਰੈਕਟਰ ਦੀ ਜਿਹੜੀ ਪ੍ਰੋਬਲਮ ਸੀ ਨਾ ਜਿਹੜਾ ਕਾਰਬੀਡੋਲ ਦੀ ਸੀਲ ਲੀਕ ਹੋ ਗਈ ਸੀ ਅੱਜ ਆਪਾਂ ਉਹ ਠੀਕ ਕਰਵਾ ਦਈਏ ਕਿਉਂਕਿ ਤੇਲ ਨਿਕਲੀ ਜਾਂਦਾ ਨੁਕਸਾਨ ਵੱਧ ਵੀ ਹੋ ਸਕਦਾ ਹੈ ਨਾ ਕਿਉਂਕਿ ਮਸ਼ੀਨਰੀ ਆ ਹੈ ਨਾ ਕੋਈ ਵੀ ਚੀਜ਼ ਜੇ ਖਰਾਬ ਹੋਣੀ ਤਾਂ ਛੇਤੀ ਠੀਕ ਕਰਵਾ ਲੈਣੀ ਚਾਹੀਦੀ ਆ ਇੱਕ ਵਾਰ ਮੈਂ ਕਲੱਚ ਪਲੇਟਾਂ ਦੀ ਘੋਲ ਕਰ ਗਿਆ ਸੀਗਾ ਅਤੇ ਥੋੜ੍ਹਾ ਜਿਹਾ ਨੁਕਸਾਨ ਵੱਧ ਹੋ ਗਿਆ ਸੀ ਚਲੋ ਟਰੈਕਟਰ ਸਟਾਰਟ ਕਰਦੇ ਹਾਂ ਮਿਸਤਰੀ ਦੇ ਖੜਾਉਂਦੇ ਹਾਂ ਅਤੇ ਅੱਜ ਇੱਕ ਹੋਰ ਗੱਲ ਆਪਾਂ ਟਾਇਰ ਬਾਹਰ ਕਢਾ ਦੇਣੇ ਅੱਜ ਕਾਰਬੀਡੋਲ ਵੀ ਖੋਲ ਦੂਗਾ ਅਤੇ ਨਾਲੇ ਆਪਣੇ ਟਾਇਰ ਬਾਹਰ ਕੱਢ ਦੂਗਾ ਠੀਕ ਹੈ ਚਲੋ ਅੱਜ ਆਹ ਦੇਖੋ ਰਾਤ ਟਰੈਕਟਰ ਬਾਹਰ ਖੜਾ ਹੀ ਰਹਿ ਗਿਆ ਯਾਰ ਸਕੂਟੀ ਉੱਧਰ ਲਾਤੀ ਸੀਗੀ ਮੀਂਹ ਪੈ ਗਿਆ ਰਾਤ ਕਣੀਆਂ ਕੁੜੀਆਂ ਜੀ ਆ ਗਈਆਂ ਸੀਗੀਆਂ ਆਹ ਦੇਖੋ ਕਿੰਨਾ ਮਿੰਟ ਜੰਮਿਆ ਪਿਆ ਲੋ ਆਪਾਂ ਹੁਣ ਮਿਸਤਰੀ ਦੇ ਲਾ ਦਈਏ ਕਿਉਂਕਿ ਇਹ ਜ਼ਰੂਰੀ ਆ ਦੇਖੋ ਕਿੰਨਾ ਤੇਲ ਡੁੱਲਿਆ ਪਿਆ ਬੁਰਾ ਲੱਗਦਾ ਯਾਰ ਹੋਰ ਕਿਸੇ ਪਾਸਿਓਂ ਤੇਲ ਨਹੀਂ ਆਉਂਦਾ ਹੈਗਾ ਟਰੈਕਟਰ ਦਾ ਚਲੋ ਗੇਟ ਦੀ ਚਾਬੀ ਲੈ ਕੇ ਆਉਂਦੇ ਹਾਂ ਗੇਟ ਖੋਲਦੇ ਹਾਂ ਪਹਿਲਾਂ ਲਓ ਜੀ ਬਾਈ ਮਿਸਤਰੀਆਂ ਦੇ ਆਪਾਂ ਲਾ ਦਿੰਦੇ ਹਾਂ ਟਰੈਕਟਰ ਆ ਵੀਰੇ ਕਰੀਏ ਸਪਲੈਂਡਰ ਅੱਗੇ ਬਹੁਤ ਹੈ ਲਓ ਜੀ ਵੀਰੇ ਉਹ ਟਰੈਕਟਰ ਆਪਾਂ ਇੱਥੇ ਲਾਤਾ ਅਤੇ ਦੇਖਦੇ ਹਾਂ ਵੀ ਕਿਹੜਾ ਕਾਰਬੀਡੋਲ ਹੁੰਦਾ ਹੈ ਨਾ ਨਾਲੇ ਪਤਾ ਲੱਗ ਜੂ ਨੌਲੇਜ ਆਉਣੀ ਚਾਹੀਦੀ ਆ ਲਓ ਜੀ ਵੀਰੇ ਆਪਾਂ ਨਾ ਅੱਜ ਆ ਵੀ ਕਰਾ ਲੈਣਾ ਅਤੇ ਇਹ ਨਾ ਬਹੁਤ ਰੈਲਾ ਚੱਲਦਾ ਹੁੰਦਾ ਸੀ ਪਤਾ ਨਹੀਂ ਇੱਕਦਮ ਹੀ ਖੜ ਗਿਆ ਸੀ ਇਹ ਆਹ ਦੇਖੋ ਇੱਥੇ ਘੁੰਮ ਕੇ ਨਾ ਇੱਥੇ ਆਉਣਾ ਚਾਹੀਦਾ ਅਤੇ ਇੱਥੋਂ ਆ ਕੇ ਲੋਕ ਲੱਗੂਗਾ ਹੁਣ ਜੇ ਇੱਥੇ ਰੱਖਦੇ ਹਾਂ ਉਰੇ ਤਾਂ ਇਹਨੂੰ ਲੋਕ ਲੱਗਦਾ ਨਹੀਂ ਹੈਗਾ ਇੱਥੇ ਆਉਣਾ ਚਾਹੀਦਾ ਇਹ ਅੱਗੇ ਤਾਂ ਇਹ ਬਹੁਤ ਰੈਲਾ ਚੱਲਦਾ ਸੀ ਅਤੇ ਅੱਜ ਇਹਨੂੰ ਖੜਾਵਾਂਗੇ ਲਓ ਜੀ ਵੀਰੇ ਅੱਜ ਆਪਾਂ ਆਪ ਹੀ ਲਾ ਦਾਂਗੇ ਇਹ ਬੁਰਾ ਲੱਗਦਾ ਸੀਗਾ ਇਹਦਾ ਆਪਣਾ ਕੋਈ ਕੰਮ ਨਹੀਂ ਕਿਉਂਕਿ ਆਪਾਂ ਟਰਾਲੀ ਪਾਉਣੀ ਨਹੀਂ ਹੈਗੀ ਇਹ ਤਾਂ ਇੱਕ ਵਾਰ ਆਪਾਂ ਭਰਤ ਪਾਇਆ ਸੀਗਾ ਆਪਣੇ ਦੋ ਕਕੀਲਿਆਂ ਦੇ ਵਿੱਚ ਜਿੱਦਾਂ ਹੀ ਲੱਗਿਆ ਹੋਇਆ ਲਾਹੇ ਨਹੀਂ ਘੌਲੇ ਹੋ ਗਈ ਅਤੇ ਵੈਸੇ ਹੀ ਹਿੱਲੀ ਜਾਂਦਾ ਰੰਗ ਲਾਹੀ ਜਾਂਦਾ ਹੈ ਨਾ ਇਹਦੀ ਕੋਈ ਲੋੜ ਨਹੀਂ ਆਪਾਂ ਨੂੰ ਅਤੇ ਜਿਹੜਾ ਕਾਰਬੀਡੋਲ ਆ ਬਸ ਖੋਲ੍ਹਣ ਵਾਲਾ ਹੀ ਆ ਲਓ ਜੀ ਵੀਰੇ ਉਹ ਕੱਢ ਲਿਆ ਆਰਮੀ ਡੋਲ ਹੈ ਵੈਸੇ ਮੈਂ ਕਾਰਬੀਡੋਲ ਕਹੀ ਗਿਆ ਮੈਨੂੰ ਪਤਾ ਨਹੀਂ ਸੀਗਾ ਨਾਮ ਬਾਈ ਨੂੰ ਪੁੱਛਿਆ ਹੁਣ ਆਰਮੀ ਡੋਲ ਕਹਿੰਦੇ ਆ ਇਹਨੂੰ ਅਤੇ ਇਹਦੀ ਜਿਹੜੀ ਆਹ ਦੇਖੋ ਆਹ ਸੀਲ ਹੈ ਜਿੱਥੇ ਆਹੀ ਆ ਹੈ ਨਾ ਵੀਰੇ ਆਹ ਲੀਕ ਹੈ ਜੀ ਅਤੇ ਇਹ ਲੀਕ ਹੋ ਜਾਂਦੀ ਆ ਕਦੇ ਵੀ ਤੁਹਾਨੂੰ ਲੱਗੇ ਵੀ ਉਹਦੇ ਵਿੱਚੋਂ ਸਟੇਅਰਿੰਗ 'ਚੋਂ ਤੇਲ ਆਉਂਦਾ ਇੱਥੋਂ ਤੇਲ ਆਉਂਦਾ ਹੁੰਦਾ ਅਤੇ ਹੁਣ ਆਪਾਂ ਮਰੇਕੋਟ ਲੈ ਜਾਵਾਂਗੇ ਇਹਨੂੰ ਠੀਕ ਕਰਵਾ ਲਿਆਵਾਂਗੇ ਜਾਣੀ ਜਿਹੜਾ ਸਮਾਨ ਆਪਾਂ ਫੜਨਾ ਉਹ ਫੜ ਲਿਆਵਾਂਗੇ ਚੱਲਦੇ ਆਪਾਂ ਮਲੇਰਕੋਟ ਲਏ ਅਤੇ ਮੈਂ ਰੋਟੀ ਰੋਟੀ ਖਾਣ ਲੱਗ ਗਿਆ ਸੀਗਾ ਚੱਲਦੇ ਹਾਂ ਹੁਣ ਆਪਾਂ ਨਾਲੇ ਅੱਜ ਆਪਾਂ ਟਰੈਕਟਰ ਦਾ ਸਮਾਨ ਲੈ ਕੇ ਆਉਣਾ ਇੱਕ ਜਿਹੜਾ ਉਹ ਗ੍ਰਾਸ ਮੈਟ ਹੁੰਦਾ ਉਹ ਲੈ ਕੇ ਆਉਣਾ ਅਤੇ ਇੱਕ ਜਿਹੜੀ ਚੀਜ਼ ਬਣਾਈ ਆ ਉਹ ਉੱਥੇ ਮੈਂ ਤੁਹਾਨੂੰ ਦਿਖਾਊਂਗਾ ਆਹ ਧਰਦੇ ਹਾਂ ਆਪਾਂ ਗੱਡੀ ਦੇ ਵਿੱਚ ਚੱਕਦੇ ਹਾਂ ਦੇਖੋ ਮਿਸਤਰੀਆਂ ਦਾ ਥੈਲਾ ਕਿੰਨਾ ਲਿਬੜਿਆ ਪਿਆ ਹੁੰਦਾ ਗੱਡੀ ਸਟਾਰਟ ਕਰਤੀ ਇੰਨੇ ਗਰਮ ਹੁੰਦੀ ਹੈ ਲਓ ਜੀ ਵੀਰੇ ਆਪਾਂ ਸਮਾਨ ਲੈ ਲਿਆ ਅਤੇ ਇੱਕ ਆਪਾਂ ਲੈ ਲਿਆ ਐਂਡ ਜਿਹੜਾ ਸਟੀਅਰਿੰਗ ਦਾ ਰਾਈਟ ਹੈਂਡ ਵਾਲਾ ਐਂਡ ਹੁੰਦਾ ਉਹ ਲੂਜ਼ ਸੀਗਾ ਆਪਾਂ ਇੱਕ ਉਹ ਲੈ ਲਿਆ ਅਤੇ ਇੱਕ ਜਿਹੜਾ ਤੁਸੀਂ ਕਹਿੰਦੇ ਸੀ ਮਹਿੰਦਰਾ ਦਾ ਮੋਬਾਈਲ ਹੋਲਡਰ ਆਉਂਦਾ ਨਾ ਮਤਲਬ ਉਹ ਜਿਹੜਾ ਇੱਕ ਡੱਬਾ ਆ ਮਤਲਬ ਟੂਲ ਮਾਂਗ ਆ ਉਹਦੇ ਵਿੱਚ ਚਾਰਜਿੰਗ ਪੁਆਇੰਟ ਲੱਗਿਆ ਹੋਇਆ ਵੀ ਉਹ ਲੈ ਲਿਓ ਹੈ ਨਾ ਉਹ ਵੀ ਲੈ ਲਿਆ ਵੈਸੇ ਮੈਨੂੰ ਲੋਡ ਨਹੀਂ ਸੀ ਕਿਉਂਕਿ ਹੌਲੈਂਡ ਦੇ ਨਾ ਚਾਰਜਿੰਗ ਪੁਆਇੰਟ ਵੀ ਲੱਗਿਆ ਹੋਇਆ ਅਤੇ ਆਪਣੀ ਸੀਟ ਵਾਲੀ ਜੇਬ ਵੀ ਲੱਗ ਗਈ ਸੀ ਚਲੋ ਦੇਖ ਲਾਂਗੇ ਹੈ ਨਾ ਨਹੀਂ ਫਿਰ ਆਪਾਂ ਵਾਪਸ ਕਰ ਦਾਂਗੇ ਆਉਂਦੇ ਤਾਂ ਰਹਿਣੇ ਹੀ ਆ ਹੈ ਨਾ ਅਤੇ ਨਹੀਂ ਦੇਖ ਲਾਂਗੇ ਫਿੱਟ ਫੁੱਟ ਕਰ ਲਾਂਗੇ 600 ਰੁਪਏ ਦਾ ਆਇਆ ਪੂਰਾ ਸੈੱਟ ਹੈ ਤਾਰਾਂ ਤੂਰਾਂ ਸਾਰਾ ਕੁਛ ਹੀ ਆ ਹਾਈਡਰੋਲਿਕ ਵਾਲਿਆਂ 'ਤੇ ਚੱਲਦੇ ਹਾਂ ਜਿੱਥੇ ਆਪਾਂ ਨੇ ਆਰਮੀ ਡੋਲ ਦੇਣਾ ਅਤੇ ਸੀਲ ਪਵਾ ਕੇ ਆਪਾਂ ਉੱਥੋਂ ਫਿਰ ਲੈ ਜਾਂਗੇ ਮਸਾਂ ਵੀ ਹੀ ਲੱਭੀ ਹੈ ਅਤੇ ਬੋਰਡ ਨਹੀਂ ਲੱਗਿਆ ਹੱਥੀ ਸਮਾਰ ਕੇ ਇੱਕ ਵਧੀਆ ਮੇਰੀ ਗੱਡੀ ਸੌਖੀ ਲੱਗ ਗਈ ਚਲੋ ਆਪਾਂ ਡਿੱਗੀ ਖੋਲ੍ਹਦੇ ਹਾਂ ਅਤੇ ਕੱਢਦੇ ਹਾਂ ਆਰਮੀ ਡੋਲ ਇੱਥੇ ਹਾਈਡਰੋਲਿਕ ਵਾਲੀ ਦੁਕਾਨ ਹੈ ਵਰਕਸ਼ਾਪ ਇੱਥੋਂ ਮੈਂ ਕਿਹੜਾ ਪੰਪ ਵੀ ਠੀਕ ਕਰਾਇਆ ਸੀ ਹੁਣ ਮੇਰੇ ਯਾਦ ਆ ਗਿਆ ਸਵਰਾਜ ਦਾ ਅਤੇ ਵਰਕਸ਼ਾਪ 'ਤੇ ਦੇਖਦੇ ਹਾਂ ਕਿੰਨਾ ਕੁ ਟਾਈਮ ਲੱਗਦਾ ਹੈ ਨਾ ਵੈਸੇ ਹੈਗਾ ਤਾਂ ਥੋੜ੍ਹਾ ਹੀ ਕੰਮ ਆ ਲਓ ਜੀ ਵੀਰੇ ਆਪਾਂ ਨੇ ਨਾ ਜਿਹੜਾ ਆਰਮੀ ਡੋਲ ਆ ਉਹ ਦੇ ਤਾ ਉਹਦੀ ਸੀਲ ਨੂੰ 2-2.5 ਘੰਟੇ ਲੱਗਣਗੇ ਇੰਨੇ ਆਪਾਂ ਕੁੱਪ ਕਲਾਂ ਜਾਏ ਆਉਂਦੇ ਜਿਹੜਾ ਸਮਾਨ ਫੜਨਾ ਸੀਗਾ ਉਹ ਵੀ ਫੜ ਲੈਂਦੇ ਹਾਂ ਕਦੇ ਵੀ ਤੁਹਾਨੂੰ ਲੋੜ ਪਵੇ ਮਲੇਰਕੋਟ ਲਏ ਜਿਹੜਾ ਆਪਣਾ ਜਰਗ ਚੌਂਕ ਹੈ ਉਹਦੇ ਅੰਦਰ ਨੂੰ ਜਾ ਕੇ ਇੱਕ 2 ਵੀਹਾਂ ਛੱਡ ਕੇ 3 ਵੀਹੀ ਆ ਇਹ ਆਹ ਦੇਖੋ ਮਣਕੂ ਹਾਈਡਰੋਲਿਕ ਲਿਖੇ ਉਹਨੇ ਹੁਣ ਆਪਾਂ ਕੁੱਪ ਜਾ ਕੇ ਆਉਂਦੇ ਹਾਂ ਅਤੇ ਉਸ ਤੋਂ ਬਾਅਦ 'ਚ ਉੱਥੋਂ ਚੱਲ ਦੇਖਦੇ ਹਾਂ 2-2.5 ਘੰਟੇ ਲੱਗਣਗੇ ਪਰ ਮੈਨੂੰ ਕੁੱਪ ਵੀ ਇੰਨਾ ਟਾਈਮ ਨਹੀਂ ਲੱਗਦਾ ਮੈਨੂੰ ਲੱਗਦਾ ਆ ਕੇ ਉਰੇ ਬੈਠਣਾ ਹੀ ਪਊਗਾ ਕਿਉਂਕਿ ਦੁਬਾਰਾ ਗੇੜਾ ਲਾਉਣ ਦਾ ਕੋਈ ਫਾਇਦਾ ਨਹੀਂ ਹੈ ਨਾ ਤੈਨੂੰ ਦਿਖਾਉਣਾ ਘੈਂਟ ਚੀਜ਼ ਜਿਹੜੀ ਤਿਆਰ ਕਰਾਈ ਆਪਾਂ ਨੇ ਠੀਕ ਹੈ ਲਓ ਜੀ ਵੀਰੇ ਆਪਾਂ ਪਹੁੰਚ ਗਏ ਕੁੱਪ 3-4 ਦਿਨ ਹੋ ਗਏ ਔਡਰ ਦਿੱਤੇ ਨੂੰ ਅਤੇ ਮੇਰਾ ਟਾਈਮ ਇਹ ਅੱਜ ਲੱਗਿਆ ਬਾਈ ਦਾ ਫੋਨ ਆ ਗਿਆ ਸੀ ਕਹਿੰਦਾ ਲੈ ਜਾਓ ਅਤੇ ਮੇਰਾ ਟਾਈਮ ਇਹ ਅੱਜ ਲੱਗਿਆ ਚਲੋ ਦੇਖਦੇ ਹਾਂ ਕਿਹੋ ਜਿਹੀ ਚੀਜ਼ ਬਣੀ ਹੈ ਜਿਹੜੀ ਆਪਾਂ ਤਿਆਰ ਕਰਾਈ ਆ ਠੀਕ ਹੈ ਆਹ ਦੁਕਾਨ ਤੋਂ ਤਿਆਰ ਕਰਾਈ ਆ ਕੁੱਪ ਕਲਾਂ ਤੋਂ ਕੀ ਹਾਲ ਆ ਵੀਰੇ ਠੀਕ ਹੋ ਲਓ ਜੀ ਵੀਰੇ ਦੇਖੋ ਆਹ ਚੀਜ਼ ਤਿਆਰ ਕਰਾਈ ਆਪਾਂ ਨੇ ਦੱਸਿਓ ਠੀਕ ਆ ਸੋਹਣੀ ਲੱਗਦੀ ਹੈ ਅਤੇ ਇਹਦੇ ਉੱਪਰੋਂ ਪੇਪਰ ਲਹੂਗਾ ਹੈ ਨਾ ਵੀਰੇ ਲਓ ਜੀ ਵੀਰੇ ਤਿਆਰ ਹੋ ਗਿਆ ਆਪਣਾ ਯੂਟਿਊਬ ਆਰਪੀ ਢਿੰਡਸਾ ਅਤੇ ਇੱਕ ਹੋਰ ਡਿਸਕਸ ਕਰਨੀ ਆ ਵੀ ਇਹ ਆਪਾਂ ਹੁਣ ਡੈੱਕ ਦੇ ਪਿੱਛੇ ਲਾਈ ਜਾਂ ਜਾਲੀ 'ਤੇ ਲਾਈਏ ਠੀਕ ਹੈ ਇਹ ਮੈਨੂੰ ਦੱਸਿਓ ਕਿਉਂਕਿ ਆਪਾਂ ਨੇ ਇੱਕ ਗ੍ਰਾਸ ਮੈਟ ਵੀ ਲੈ ਕੇ ਜਾਣਾ ਹੈ ਅਤੇ ਚਲੋ ਇਹ ਆਪਾਂ ਲੈ ਕੇ ਜਾਂਦੇ ਹਾਂ ਪੇਮੈਂਟ ਬਾਈ ਦੀ ਕਰੀ ਹੋਈ ਸੀ ਪਹਿਲਾਂ ਆਪਾਂ ਨੇ ਅਤੇ ਦੱਸਿਓ ਵੀ ਕਿਹੋ ਜਿਹਾ ਲੱਗਿਆ ਠੀਕ ਹੈ ਅਤੇ ਇਸ ਤੋਂ ਬਾਅਦ 'ਚ ਆਪਾਂ ਇੱਕ ਹੋਰ ਯੂਨੀਕ ਚੀਜ਼ ਤਿਆਰ ਕਰਵਾ ਰਹੇ
ਤੇ ਉਹ ਆਪਾਂ ਬਾਈ ਨੂੰ ਫੋਨ ਤੇ ਹੀ ਦੱਸ ਦਾਂਗੇ ਵੀ ਕਿਹੜੀ ਕਿਹੜੀ ਚੀਜ਼ ਤਿਆਰ ਕਰਨੀ ਹੈ ਹਨਾ। ਆਹ ਬਾਈ ਜੀ ਨੇ ਜਿਹੜਾ ਮਰਜ਼ੀ ਡਿਜ਼ਾਈਨ ਚਾਹੇ ਮਤਲਬ ਡਾਊਨ ਸੀਲਿੰਗ ਵਾਸਤੇ ਚਾਹੇ ਇੱਦਾਂ ਦੀਆਂ ਪਲੇਟਾਂ ਜਿਹੋ ਜਿਹਾ ਮਰਜ਼ੀ ਤਿਆਰ ਕਰਵਾ ਲਓ ਬਾਈ ਤੋਂ। ਲਓ ਹੁਣ ਦੇਖੋ ਇੱਥੇ ਧਰ ਕੇ ਦਿਖਾਉਣਾ ਵਾ ਤੁਹਾਨੂੰ, ਦੇਖੋ ਵਧੀਆ ਲੱਗਦੀ ਆ, ਸਿਰਾ ਲੱਗਦੀ ਆ, ਬਹੁਤ ਸੋਹਣੀ ਆ ਨਾ। ਇਹਦਾ ਪੇਪਰ ਲਾ ਦਾਂਗੇ ਆਪਾਂ ਅਤੇ ਅੰਦਰੋਂ ਬਲੈਕ ਕਲਰ ਦੀ ਨਿਕਲੂਗੀ। ਅਤੇ ਹੁਣ ਦੇਖੋ ਆਹ ਥੋੜ੍ਹਾ ਜਿਹਾ ਵੱਡਾ ਲਿਖ ਰਿਹਾ ਸੀ, ਇਹਨੇ ਬਿਰਿਆਨੀ ਲਿਖਿਆ ਸੀਗਾ। ਹੋਰ ਜੀ ਬਾਬਾ ਜੀ ਠੀਕ ਹੋ ਤੁਸੀਂ? ਠੀਕ ਹੈ ਜੀ। ਚਲੋ ਆਪਾਂ ਗੱਡੀ 'ਚ ਧਰਦੇ ਇਹਨੂੰ। ਆਹ ਬਾਬਾ ਜੀ ਨਾਲ ਵੀ ਆਪਾਂ ਗੱਲਾਂ ਕਰੀਆਂ ਨੇ, ਇਹਨਾਂ ਦੀ ਇੱਥੇ ਦੁਕਾਨ ਆ, ਮੈਂ ਕੋਲਡ ਡਰਿੰਕ ਪੀ ਕੇ ਗਿਆ ਸੀਗਾ। ਲਓ ਜੀ ਹੁਣ ਆਪਾਂ ਇਹਨੂੰ ਗੱਡੀ 'ਚ ਧਰਦੇ ਹਾਂ ਅਤੇ ਤੁਹਾਨੂੰ ਇੱਕ ਟਰੈਕਟਰ ਹੋਰ ਦਿਖਾਉਂਦੇ ਹਾਂ। ਆਹ ਦੁਕਾਨ 'ਤੇ ਆਏ ਸੀਗੇ ਆਪਾਂ ਆਪਣਾ ਜਿਹੜੀ ਪਲੇਟ ਫੜਨਾ, ਤੁਸੀਂ ਦੇਖੀ ਹੋ ਆ, ਅਤੇ ਕਮੈਂਟ ਦੇ ਵਿੱਚ ਦੱਸਿਓ ਫਿਰ ਵੀ ਕਿੱਦਾਂ ਲੱਗੀ ਪਲੇਟ। ਅਤੇ ਆਪਾਂ ਹਾਲੇ ਹੋਰ ਸਮਾਨ ਬਹੁਤ ਤਿਆਰ ਕਰਵਾਉਣਾ ਅਤੇ ਤੁਹਾਨੂੰ ਉਹ ਮੌਕੇ 'ਤੇ ਦੱਸਾਂਗੇ ਵੀ ਕਿਹੜੀ ਚੀਜ਼ ਆ। ਆਹ ਦੇਖੋ ਆਪਣੇ ਆਪਾਂ ਕਈ ਵਾਰ ਆਏ ਹਾਂ ਨਾ ਸ਼੍ਰੀ ਵਿਸ਼ਵਕਰਮਾ ਮਣਕੂ ਵਾਲਿਆਂ ਦੇ, ਇਹ ਆਪਣੇ ਫਰੈਂਡ ਦੀ ਉਹ ਵਰਕਸ਼ਾਪ ਹੈ, ਬਹੁਤ ਵਧੀਆ ਆਪਣੀ ਮਤਲਬ ਜਾਣ ਪਛਾਣ ਹੋ ਗਈ ਬਾਈ ਨਾਲ। ਅਤੇ ਆਪਾਂ ਕੰਮ ਵੀ ਆ ਨਾ ਕਾਫੀ ਕਰਾਇਆ, ਅਤੇ ਇਹਨਾਂ ਨੂੰ ਇਹ ਔਡਰ ਦਿੱਤਾ ਹੋਇਆ ਆਪਣਾ ਜਿਹੜੀ 60 ਜਿਹੜੀ ਯੂ ਆਰ 'ਤੇ ਛਤਰੀ ਲਾਉਣੀ ਹੈ ਨਾ, ਇਹਨਾਂ ਨੂੰ ਇਹ ਔਡਰ ਦਿੱਤਾ ਹੋਇਆ। ਅਤੇ ਚਲੋ ਆਹ ਤੁਹਾਨੂੰ ਦਿਖਾਵਾਂ ਮੈਂ 969 FE। ਦੇਖੋ ਇਹ ਟਰੈਕਟਰ, ਕਿਉਂਕਿ ਕਮੈਂਟ ਮੈਨੂੰ ਬਹੁਤ ਆਏ ਸੀਗੇ ਵੀਰੇ ਤੁਸੀਂ ਸਵਰਾਜ ਦਾ ਰਿਵਿਊ ਨਹੀਂ ਦਿੱਤਾ ਹੈਗਾ ਹੈ ਨਾ, ਵੀ ਸਵਰਾਜ ਵੀ ਦੇਖੋ ਜਾ ਕੇ ਵੀ ਟਰਾਈ ਕਰਕੇ ਦੇਖੋ। ਇੱਥੇ ਖੜ੍ਹਾ ਚਲੋ ਦਿਖਾ ਦਿੰਦੇ ਆਪਾਂ, ਪਰ ਇੱਕ ਗੱਲ ਦੇਖੋ ਇਹਦਾ ਇੰਜਨ ਕਿੱਡਾ ਲੱਗਦਾ ਯਾਰ। ਮੇਰੀ ਨਾ ਸਭ ਤੋਂ ਪਹਿਲਾਂ ਨੋਟਿਸ ਗੱਲ ਕੀਤੀ ਮੈਂ ਨਾ, ਇਹਦਾ ਇੰਜਨ ਦੇਖੋ ਕਿੱਡਾ ਲੱਗਦਾ, ਕਿੰਨਾ ਹੈਵੀ ਲੱਗਦਾ ਯਾਰ। ਅਤੇ ਟਰੈਕਟਰ ਤੁਹਾਨੂੰ ਮੈਂ ਪਹਿਲਾਂ ਆਪਾਂ ਆਲੇ ਦੁਆਲੇ ਦੇਖ ਲੈਂਦੇ ਹਾਂ। 855 ਤਾਂ ਇਹਦੇ ਮੂਹਰੇ ਕੁਛ ਵੀ ਨਹੀਂ ਲੱਗ ਰਿਹਾ, ਪਰ 855 ਯਾਰ ਟਰੈਕਟਰ ਬਹੁਤ ਸੋਹਣਾ ਹੈ, ਬਹੁਤ ਇਹਨੇ ਆਪਦਾ ਨਾਮ ਬਹੁਤ ਕਮਾਇਆ, ਬਹੁਤ ਸੋਹਣਾ ਟਰੈਕਟਰ ਹੈ। ਚਲੋ ਇਹ ਵੱਡਿਆਂ 'ਚ ਆ ਗਏ ਹੈ ਨਾ, ਆਪਾਂ ਕਹਿ ਦਿੰਦੇ ਵੱਡਿਆਂ 'ਚ ਨੇ ਇਹ, ਠੀਕ ਹੈ। ਅਤੇ ਸਲਾਂਸਰ ਦਾ ਸਿਸਟਮ ਦੇਖੋ ਬਾਈ, ਓਏ ਦੇਖੋ ਕਿੰਨੀ ਪ੍ਰੋਟੈਕਸ਼ਨ ਦਿੱਤੀ ਹੋਈ ਆ ਯਾਰ। ਇੱਥੋਂ ਆਹ ਲੱਗਿਆ ਹੋਇਆ ਦੇਖੋ, ਕਵਰ ਲੱਗਿਆ ਹੋਇਆ ਵੀ ਰੰਗ ਨੂੰ ਸੇਕ ਨਾ ਲੱਗੇ, ਵੀ ਰੰਗ 'ਤੇ ਇਫੈਕਟ ਨਾ ਪਵੇ ਹੈ ਨਾ। ਅਤੇ ਆਹ ਜਾਲੀ ਦਿੱਤੀ ਹੋਈ ਆ ਵੀ ਕਵਰ ਰਹੇ ਜਾਣੀ, ਵਧੀਆ ਵੀ ਲੱਗਦਾ ਖੈਰ। ਅਤੇ ਆਪਾਂ ਬੈਟਰੀ ਬਾਕਸ ਵੀ ਵੀਰੇ ਨੂੰ ਪੁੱਛ ਕੇ ਜਾਣਾ ਵੀ ਆਪਾਂ ਹੋਲੈਂਡ ਦਾ ਬੈਟਰੀ ਬਾਕਸ ਤਿਆਰ ਕਰਨਾ ਵੀ ਕਿੰਨੇ ਦਾ ਹੋਊਗਾ, ਫਿਰ ਆਪਾਂ ਉਹਦੇ ਉੱਤੇ ਆਪਾਂ ਜਿਹੜੇ ਉਹ ਲੱਗ ਲਾਇਆ ਆਪਾਂ ਨੇ ਟ੍ਰੇਨ ਹੋਰਨ ਉਹ 'ਤੇ ਲਾਵਾਂਗੇ ਯਾਰ। ਇੱਕ ਆਹ ਖੜ੍ਹਾ 5310, ਆਪਾਂ ਵੀ ਆਹ ਚੀਜ਼ ਕਟਵਾ ਕੇ ਲੈ ਕੇ ਜਾਣੀ ਹੈ। ਅਤੇ ਅੱਜ ਪੁੱਛਦਾ ਮੈਂ ਵੀ ਕਿੱਥੋਂ ਮਿਲੂਗੀ ਆਪਾਂ ਨੂੰ, ਇੱਕ ਗ੍ਰਾਸ ਮੈਟ ਹੁੰਦਾ, ਇੱਕ ਆਹ ਚੀਜ਼ ਹੁੰਦੀ ਆ। ਅਤੇ ਚਲੋ ਦੇਖਦੇ ਹਾਂ ਵੀ ਕਿਹੜੀ ਚੀਜ਼ ਮਿਲਦੀ ਆਪਾਂ ਨੂੰ। ਆਹ ਦੇਖੋ ਸ਼ਾਇਦ ਵੇਟ ਇਹਦੇ ਨਾਲ ਹੀ ਆਉਂਦੇ ਹੋਣਗੇ, ਐਜ਼ ਆ ਹੁੱਕ ਵੀ ਯੂਜ਼ ਹੋ ਜਾਂਦੇ ਨੇ 4x4 ਜਿਹੜਾ ਆਹ ਸਿਸਟਮ ਆ ਨਾ। ਬਾਕੀ ਚਲੋ ਕੰਪਨੀ ਦਾ ਅਲੱਗ ਅਲੱਗ ਹੁੰਦਾ ਨਾ, ਅਰਜਨ ਦਾ ਯਾਰ ਬਹੁਤ ਹੈਵੀ ਲੱਗਿਆ ਹੋਇਆ ਸੀ, ਪਤਾ ਨਹੀਂ ਕਿਉਂ, ਮਤਲਬ ਉਹ ਤਾਂ ਯਾਰ ਇੰਨਾ ਉੱਚਾ ਸੀ, ਸਪਰਿੰਗ ਬਹੁਤ ਕੁਛ ਲੱਗਿਆ ਹੋਇਆ ਸੀਗਾ, ਵੀ ਹੋ ਸਕਦਾ ਕੋਈ ਟੈਕਨੋਲੋਜੀ ਦਾ ਫਰਕ ਹੋਵੇ, ਅਲੱਗ ਅਲੱਗ ਹੁੰਦਾ ਹੈ ਨਾ। ਚਲੋ ਮਜ਼ਬੂਤ ਤਾਂ ਇਹ ਵੀ ਬਹੁਤ ਨੇ। ਆਹ ਲਾਈਟਾਂ ਚੇਂਜ ਕਰਨ ਵਾਲੀਆਂ ਨੇ ਯਾਰ, ਕੰਪਨੀ ਨੇ ਲਾਈਟਾਂ ਨਹੀਂ ਵਧੀਆ ਦਿੱਤੀਆਂ, ਇੰਨਾ ਵੱਡਾ ਟਰੈਕਟਰ ਬਣਾਇਆ ਹੈ ਨਾ 4x4, ਪਰ ਵੀ ਇੰਨੇ ਪੈਸੇ ਲੈ ਕੇ ਯਾਰ ਲਾਈਟਾਂ ਦੀ ਕੁਆਲਿਟੀ ਜਮੀ ਨਹੀਂ ਦਿੱਤੀ ਹੈਗੀ। ਇਹਦੇ ਨਾਲੋਂ ਤਾਂ ਪੁਰਾਣੀ ਲਾਈਟ ਜਿਹੜੀ ਪਹਿਲਾਂ ਆਉਂਦੀ ਸੀ ਸਵਰਾਜ ਦੇ, ਉਹ ਵੀ ਵਧੀਆ ਲੱਗਦੀ ਸੀ। ਦੇਖੋ ਬੜੀ ਸਿੰਪਲ ਦਿੱਤੀ ਹੋਈ ਆ, ਕਈ ਚੀਜ਼ਾਂ ਤੋਂ ਯਾਰ ਬਹੁਤ ਕੋਸਟ ਕਟਿੰਗ ਕਰ ਜਾਂਦੀ ਹੈ ਕੰਪਨੀ, ਮਾੜੀ ਮਾੜੀ ਗੱਲ ਤੋਂ ਵੀ ਉਹ ਕਰ ਜਾਂਦੇ ਨੇ। ਸਿੰਸ 1974 ਅਤੇ ਇੰਡੀਅਨ ਟਰੈਕਟਰ। ਲਓ ਜੀ ਯੂ ਲੱਗ ਗਈ ਆ, ਬਾਈ ਨੇ ਯੂ ਲਵਾਈ ਆ ਨਵੇਂ ਟਰੈਕਟਰ 'ਤੇ, ਛਤਰੀ ਵੀ ਲੱਗੂਗੀ ਆਪਣੇ ਵਾਲੇ ਹੋਲੈਂਡ 'ਤੇ। ਆਹ ਚੀਜ਼ ਲੱਗ ਸਕਦੀ ਆ, ਉੱਚਾ ਹੋ ਜਾਣਾ ਬਹੁਤ, ਆਪਾਂ ਨੂੰ ਲਵਾਉਣਾ ਪੈਣਾ ਹੈ ਨਾ ਸਿਸਟਮ। ਆਹ ਦੇਖੋ ਇੱਥੋਂ ਆਹ ਸਰਫੇਸ ਚੀਜ਼ ਵਧੀਆ ਲੱਗਦੀ ਹੈ ਇਹ, ਜਾਂ ਫਿਰ ਜਿਹੜੇ ਆਪਣੇ ਸਟੈਪ ਨੇ ਉਹ ਥੋੜ੍ਹੇ ਥੋੜ੍ਹੇ ਉੱਚੇ ਹੋ ਜਾਣ, ਬਰਾਬਰੇ ਮਿਲ ਜਾਣਾ, ਇਹ ਚੀਜ਼ ਬਾਰੇ ਪਤਾ ਕਰਾਂਗੇ ਫਿਰ ਜੇ ਕਾਰਪੇਟ ਲੱਗਣ ਲਾਉਣ ਦਾ ਫਾਇਦਾ। ਅਤੇ ਆਪਾਂ ਬੈਟਰੀ ਬਾਕਸ ਦੇਖਦੇ ਹਾਂ, ਬਾਈ ਕਹਿੰਦਾ ਬਣੇ ਬਣਾਏ ਪਏ ਨੇ, ਫਿਰ ਤਾਂ ਆਪਾਂ ਲੈ ਹੀ ਜਾਂਦੇ ਹਾਂ, ਕਿਉਂਕਿ ਧਰਾਉਣੀ ਤਾਂ ਹੈਗੀ ਉਹ ਆ, ਬੈਟਰੀ ਤਾਂ ਬਾਹਰ ਹੀ ਚਾਹੀਦੀ ਆ ਯਾਰ। ਅੰਦਰ ਤਾਂ ਉਹਦੇ ਨਾਲ ਜੇ ਕੋਈ ਪ੍ਰੋਬਲਮ ਆਉਂਦੀ ਆ, ਵੈਸੇ ਤਾਂ ਆਈ ਨਹੀਂ ਹੈਗੀ ਯਾਰ ਮੇਰਾ ਅੱਜ ਤੱਕ, ਪਰ ਬਾਹਰੇ ਠੀਕ ਰਹਿੰਦੀ ਆ, ਪਹਿਲਾਂ ਤਾਂ ਸੁਣਦੇ ਆਉਂਦੇ ਆ। ਪਰ ਇੱਕ ਗੱਲ ਜੇ ਸੁਣੀ ਆ ਮੈਂ ਤੁਹਾਨੂੰ ਦੱਸਾਂ, ਮੇਰੇ ਅੰਦਰ ਹੀ ਆ, ਜਦ ਇੱਕ ਨਾ ਤਾਂ ਕੋਈ ਲੀਕ ਹੋਈ ਹੈ, ਨਾ ਉਬਾਲਾ ਮਾਰਿਆ, ਨਾ ਕੋਈ ਪ੍ਰੋਬਲਮ ਆਈ ਆ, ਤੁਹਾਨੂੰ ਮੈਂ ਸਹੀ ਗੱਲ ਦੱਸਾਂ, ਪ੍ਰੋਬਲਮ ਵੀ ਨਹੀਂ ਆਈ ਕੋਈ, ਜਦੀ ਉਹ ਇੱਕਣੇ ਲੱਗੀ ਹੋਈ ਆ, ਮੈਂ ਤਾਂ ਬਾਹਰ ਕਢਾਈ ਹੋਣੀ ਸੀਗੀ। ਹੁਣ ਦੱਸੋ ਵੀ ਆਪਾਂ ਲਈਏ ਕਿ ਨਾ ਲਈਏ। ਆਹ ਦੇਖੋ ਹੋਲੈਂਡ ਵਾਲਾ ਸਿਸਟਮ ਲਾਤਾ, ਇਹਦੇ ਬੜੇ ਬੜੇ ਬਟਨ ਨੇ, ਉਹਦੇ ਹੋਲੈਂਡ ਦੇ ਛੋਟੇ ਨੇ, ਲਿਫਟ ਆਟੋਮੈਟਿਕ ਲਾਇਆ ਹੋਇਆ ਹੋਲੈਂਡ ਦੇ, ਤਾਂ ਅੱਜ ਤੋਂ 10-12 ਸਾਲ ਪਹਿਲਾਂ ਹੀ ਲਾਤਾ ਸੀਗਾ। ਅਤੇ ਹੈਂਡ ਬ੍ਰੇਕ ਉਹ ਚੀਜ਼ ਬਹੁਤ ਵਧੀਆ ਯਾਰ, ਜਿਹੜੇ ਹੈਂਡ ਬ੍ਰੇਕ ਉਹ ਇੱਕ ਇੱਦਾਂ ਆਉਂਦੇ ਨੇ, ਇਹ ਗੱਡੀ ਵਾਂਗ ਇਹ ਚੀਜ਼ ਠੀਕ ਆ, ਸਭ ਤੋਂ ਵਧੀਆ ਸੌਖ ਆ ਜਿਹੜਾ। ਜਿਹੜੇ ਵੀਰਾਂ ਨੇ ਕਮੈਂਟ ਕਰੇ ਸੀ ਨਾ ਵੀ ਸਵਰਾਜ 969 ਦਾ ਇਹਦਾ ਵੀ ਕਰੋ, ਜਾਣੀ ਕਿਸੇ ਨੇ 63 ਕਿਹਾ ਸੀਗਾ, ਕਿਸੇ ਨੇ 855 ਕਿਹਾ ਸੀ, ਜਾਣੀ ਅੱਜ ਚਲੋ ਇਹ ਖੜ੍ਹਾ ਹੈ ਨਾ। ਅਤੇ ਆਪਾਂ ਕੰਮ ਆਏ ਸੀਗੇ, ਆਪਾਂ ਟਰੈਕਟਰ ਦੇਖ ਗਿਆ ਅਤੇ ਤੁਹਾਨੂੰ ਦਿਖਾ ਤਾ ਟਰੈਕਟਰ ਹੈ ਨਾ। ਅਤੇ ਜਿਹਨੂੰ ਜਿਹਨੂੰ ਕਿਉਂਕਿ ਅਲੱਗ ਅਲੱਗ ਪਸੰਦ ਆ ਹਰ ਇੱਕ ਬੰਦੇ ਦੀ, ਜਿਵੇਂ ਯਾਰ ਇੰਨੇ ਟਰੈਕਟਰ ਮਹਿੰਗੇ ਨੇ ਹੈ ਨਾ, ਪ੍ਰੋਜੈਕਟਰ ਹੈਡਲੈਂਪ ਦੇਣੇ ਚਾਹੀਦੇ ਨੇ ਕੰਪਨੀਆਂ ਨੂੰ, ਕੋਈ ਕੰਪਨੀ ਨਹੀਂ ਦਿੰਦੀ ਹੈਗੀ, ਨਾ ਇਹ ਦਿੰਦੇ ਨੇ। ਅਤੇ ਚਲੋ ਆਪਾਂ ਚੱਲਦੇ ਹਾਂ, ਦੇਖਦੇ ਹਾਂ ਵੀ ਆਪਾਂ ਬੈਟਰੀ ਬਾਕਸ ਲੈਣਾ, ਮੈਂ ਉਲਝਿਆ ਹੋਇਆ ਵੀ ਲਵਾਂ ਕਿ ਨਾ ਲਵਾਂ। ਚਲੋ ਆਪਾਂ ਚੱਲਦੇ ਹਾਂ ਹੁਣ ਮਲੇਰਕੋਟਲੇ ਨੂੰ,
ਤੇ ਆਪਾਂ ਚੱਕਦੇ ਹਾਂ ਉੱਥੋਂ ਆਪਣਾ ਆਰਬੀ ਡੋਲ ਤੇ ਮੈਨੂੰ ਲੱਗਦਾ ਅੱਧਾ ਘੰਟਾ ਹੋਰ ਲੱਗੂਗਾ ਘੰਟਾ ਕੁ ਸਪੈਂਡ ਕਰਤਾ ਆਪਾਂ ਨੇ ਤੇ ਆਪਾਂ ਜਿਹੜਾ ਮੈਟ ਲੈਣਾ ਉਹਦੇ ਬਾਰੇ ਵੀ ਪਤਾ ਕਰੀਏ ਹੈ ਨਾ ਉਹ ਮਲੇਰਕੋਟ ਲਈ ਮਿਲੂਗਾ ਅਤੇ ਜਿਹੜੀ ਗੱਲ ਹੈਗੀ ਆ ਬੈਟਰੀ ਬਾਕਸ ਦੀ ਹੈ ਨਾ ਉਹ ਦੇਖਾਂਗੇ ਵੀ ਆਪਾਂ ਬਾਹਰੇ ਕਢਾਈਏ ਕਿ ਨਾ ਕਢਾਈਏ ਕਿਉਂਕਿ ਮੈਂ ਕਨਫਿਊਜ਼ ਹਾਂ ਯਾਰ ਵੀ ਕਿਉਂਕਿ 10-12 ਸਾਲ ਹੋ ਗਏ ਮੂਹਰੀ ਆ ਕੋਈ ਐਡਾ ਫਰਕ ਤਾਂ ਪਿਆ ਨਹੀਂ ਹੈਗਾ ਨਾ ਮਤਲਬ ਕੋਈ ਪ੍ਰੋਬਲਮ ਤਾਂ ਆਈ ਨਹੀਂ ਹੈਗੀ ਹੈ ਨਾ ਅਤੇ ਚਲੋ ਦੇਖਾਂਗੇ ਫਿਰ ਲੈ ਜਾਂਗੇ ਹੈ ਨਾ ਕਦੇ ਚਲੋ ਆਪਾਂ ਆਪਣੇ ਫਰੈਂਡ ਨੂੰ ਵੀ ਮਿਲ ਚੱਲੀਏ ਇਹਦੇ ਨਾਲ ਵੀ ਆੜੀ ਪੈ ਗਈ ਕੁੱਪ ਤਾਂ ਆਪਾਂ ਨੂੰ ਸਾਰੇ ਬੰਦੇ ਜਾਣਨ ਲੱਗ ਗਏ ਆ ਜਾ ਵੀਰੇ ਲਓ ਪਏ ਨੇ ਕੱਡੇ ਕੱਡੇ ਸਿਸਟਮ ਦੇਖੋ ਉਸ ਦਿਨ ਤੁਹਾਨੂੰ ਦਿਖਾਏ ਸੀ ਉਸ ਦਿਨ ਘੱਟ ਸੀਗੇ ਹੈ ਨਾ ਅਤੇ ਅੱਜ ਬਾਈ ਨੇ ਕਾਫੀ ਤਿਆਰ ਕਰੇ ਪਏ ਨੇ ਹੋਰ ਕੀ ਹਾਲ ਹੈ ਵੀਰੇ ਬਹੁਤ ਵਧੀਆ ਠੀਕ ਠਾਕ ਮੈਂ ਕਿਹਾ ਚੱਲ ਮਿਲ ਚੱਲਦੇ ਹਾਂ ਬਾਈ ਨੂੰ ਲਓ ਜੀ ਵੀਰੇ ਆਪਾਂ ਆਪਣੇ ਫਰੈਂਡ ਕੋਲ ਆਏ ਸੀਗੇ ਮੈਂ ਕਿਹਾ ਚੱਲ ਬਾਬਾ ਰੌਣਕ ਜੀ ਲੱਗੀ ਪਈ ਆ ਮੈਂ ਕਿਹਾ ਸਪੀਕਰ ਸਪੀਕਰ ਪਏ ਨੇ ਤਿਆਰ ਕਰੇ ਹੋਇਆ ਦੇਖੋ ਕਿੰਨੇ ਤਿਆਰ ਕਰੇ ਹੋਏ ਨੇ ਜਿਹਨੇ ਲੈਣਾ ਹੋਇਆ ਹੈ ਨਾ ਲੈ ਲਿਓ ਤਿਆਰ ਪਰ ਤਿਆਰ ਮਿਲ ਜਾਣਗੇ ਤੁਹਾਨੂੰ ਆ ਦੇਖੋ ਪੇਟੀਆਂ ਪੇਟੀਆਂ ਆਈਆਂ ਹੋਈਆਂ ਨੇ ਚਲੋ ਠੀਕ ਹੈ ਵੀਰੇ ਠੀਕ ਹੈ ਓਕੇ ਵੀਰੇ ਧੰਨਵਾਦ ਬਹੁਤ ਚਲੋ ਠੀਕ ਹੈ ਵੀਰੇ ਆਪਾਂ ਚੱਲਦੇ ਹਾਂ ਅਤੇ ਆਪਾਂ ਪੈਸੇ ਖੜ ਗਏ ਸੀ ਜੇ ਮੈਂ ਕਿਹਾ ਬਾਈ ਨੂੰ ਮਿਲ ਚੱਲਦੇ ਹਾਂ ਆਪਾਂ ਨਾ ਮਿਊਜ਼ਿਕ ਸਿਸਟਮ ਬਾਈ ਤੋਂ ਹੀ ਲਵਾਉਣਾ ਇਹ ਤੋਂ ਹੀ ਲਵਾਉਣਾ ਹੋਰ ਕਿਸੇ ਤੋਂ ਨਹੀਂ ਲਵਾਉਣਾ ਬਾਈ ਬਾਹਲਾ ਵਧੀਆ ਤਿਆਰ ਕਰਦਾ ਅਤੇ ਰੇਟ ਵੀ ਬਹੁਤ ਜਾਇਜ਼ ਆ ਲਓ ਜੀ ਵੀਰੇ ਆਪਾਂ ਪਹੁੰਚ ਕੇ ਫਿਰ ਉਹਨਾਂ ਦੇ ਹਾਈਡ੍ਰੋਲਿਕ ਵਾਲਿਆਂ ਦੇ ਅਤੇ ਆਪਾਂ ਆਪਣਾ ਜੇ ਤਾਂ ਕੰਮ ਹੋ ਗਿਆ ਫਿਰ ਤਾਂ ਫੜ ਲਿਆ ਨਹੀਂ ਵੇਟ ਕਰਨੀ ਪਊਗੀ ਆਪਾਂ ਨੂੰ ਬਹਿ ਕੇ ਅਤੇ ਚਲੋ ਇੰਨਾ ਚਿਰ ਫਿਰ ਇਹਨਾਂ ਦੇ ਦਫ਼ਤਰ 'ਚ ਬਹਿ ਕੇ ਵੇਟ ਕਰਾਂਗੇ ਅਤੇ ਜੇ ਬਣ ਗਿਆ ਆਪਣਾ ਕੰਮ ਤਾਂ ਆਪਾਂ ਪਿੰਡ ਨੂੰ ਵਗ ਚੱਲਾਂਗੇ ਲਓ ਜੀ ਵੀਰੋ ਆਪਾਂ ਨੂੰ ਮਿਲ ਗਿਆ ਮੈਨੂੰ ਐਂ ਸੀ ਵੀ ਵੇਟ ਕਰਨੀ ਪਊਗੀ 2-2.5 ਘੰਟੇ ਕਿਹਾ ਸੀ ਚੱਲ ਘੰਟਾ 1.5 ਘੰਟਾ ਆਪਾਂ ਬਾਹਰ ਲਾਇਆ ਏ ਅਤੇ ਚਲੋ ਇਹਨੂੰ ਡਿੱਗੀ 'ਚ ਧਰਦੇ ਹਾਂ ਅਤੇ ਪੈਸੇ ਬਹੁਤ ਲੱਗ ਗਏ 1500 ਰੁਪਇਆ ਲੱਗ ਗਿਆ ਸੀਲ ਪਾਉਣ 'ਤੇ ਕਾਫੀ ਮਹਿੰਗਾ ਸੀ ਮੈਨੂੰ ਐਂ ਸੀ ਵੀ 400-500 ਰੁਪਇਆ ਲੱਗੂਗਾ ਪਰ 1500 ਰੁਪਇਆ ਲੱਗ ਗਿਆ ਅਤੇ ਆਰਵੀ ਡੋਲ ਦੀ ਸੀਲ ਪਾਉਣ 'ਤੇ ਹਾਂਜੀ ਬਾਈ ਜੀ ਪਹੁੰਚ ਗਏ ਘਰੇ ਅਤੇ ਜਿਹੜਾ ਮੈਟ ਮੈਂ ਪਤਾ ਕੀਤਾ ਸੀ ਅਮਰਗੜ੍ਹ ਮੈਨੂੰ ਕੋਈ ਸ਼ੋਪ ਨਹੀਂ ਮਿਲੀ ਹੈਗੀ ਅਤੇ ਜਿਹੜੀ ਮਲੇਰਕੋਟਲੇ ਸ਼ੋਪ ਆ ਮੈਨੂੰ ਲੱਗਦਾ ਮਾਰਕੀਟ ਦੇ ਵਿੱਚ ਜਿੱਥੇ ਕੱਪੜੇ ਕੁੱਪੜੇ ਮਿਲਦੇ ਹੁੰਦੇ ਨੇ ਉੱਥੇ ਜਾਣਾ ਪਊਗਾ ਉੱਥੇ ਮੈਂ ਗੱਡੀ ਲੈ ਕੇ ਨਹੀਂ ਗਿਆ ਅਤੇ ਦੁਕਾਨ ਦਾ ਵੀ ਨਹੀਂ ਪਤਾ ਹੈਗਾ ਹੈ ਨਾ ਆਪਾਂ ਨਾ ਮਤਲਬ ਨਾਭੇ ਤੋਂ ਪਤਾ ਕਰਾਂਗੇ ਕਿਉਂਕਿ ਉੱਥੇ ਦੀ ਮਾਰਕੀਟ ਖੁੱਲ੍ਹੀ ਜੀ ਹੈ ਅਤੇ ਉੱਥੇ ਮੈਂ ਜਾਣਦਾ ਵੀ ਹਾਂ ਵੀ ਕਿੱਥੇ ਕਿੱਥੇ ਕੁ ਦੁਕਾਨਾਂ ਹੋ ਸਕਦੀਆਂ ਨੇ ਅਤੇ ਨਾਭੇ ਜਾਵਾਂਗੇ ਉੱਥੋਂ ਮੈਟ ਜਿਹੜਾ ਗ੍ਰਾਸ ਮੈਟ ਆ ਉੱਥੋਂ ਖਰੀਦ ਕੇ ਲੈ ਕੇ ਆਵਾਂਗੇ ਇਹਨੂੰ ਕਰਾਂਗੇ ਫਿੱਟ ਗੱਲ ਇਹ ਆ ਵੀ ਇਹ ਮੇਖਾਂ ਇਹ ਫਿੱਟ ਕਿਵੇਂ ਹੋਊਗੀ ਮੇਖਾਂ ਮੁੱਖਾਂ ਕਿੱਥੇ ਲੱਗਣਗੀਆਂ ਚਲੋ ਦੇਖ ਲਾਂਗੇ ਆਪਾਂ ਯੂਟਿਊਬ 'ਤੇ ਕੱਢ ਕੇ ਦੇਖ ਲਾਂਗੇ ਇਹ ਕਾਹ ਲਿਆਂਦਾ ਇੱਕ ਆਹ ਸਮਾਨ ਲਿਆਂਦਾ ਪ੍ਰਤਾਪ ਦੇ ਨਾਂ 'ਤੇ ਬਣਾਈ ਆ ਪਲੇਟ ਅਤੇ ਚੈਨਲ ਵੀ ਇਹਦੇ ਨਾਮ 'ਤੇ ਦੇਖੋ ਜੀ ਆਰ ਪੀ ਢੀਂਡਸਾ ਅਤੇ ਤੁਸੀਂ ਕਮੈਂਟ ਕਰਕੇ ਦੱਸਿਓ ਠੀਕ ਆ ਆਪਾਂ ਇਹਦੀ ਉਹ ਲਾਹਾਂਗੇ ਕੀ ਹੁੰਦਾ ਰੁਪਈਆ ਆਹ ਪੇਪਰ ਹੈ ਨਾ ਰੈਪ ਅਤੇ ਰੈਪ ਆਪਾਂ ਅੱਜ ਨਹੀਂ ਲਾਉਂਦੇ ਕਿਉਂਕਿ ਜਦ ਫਿੱਟ ਕਰਨਾ ਹੀ ਆ ਉਦੋਂ ਲਾਵਾਂਗੇ ਹੈ ਨਾ ਨਹੀਂ ਸਕਰੈਚ ਪੈ ਸਕਦੇ ਆ ਅਤੇ ਕਿਸੇ ਵੀਰ ਨੇ ਮੈਨੂੰ ਕਮੈਂਟ ਕਰਿਆ ਸੀ ਵੀ ਮੋਬਾਈਲ ਵਾਸਤੇ ਨਾ ਮਹਿੰਦਰਾ ਦਾ ਅਰਜਨ ਦਾ ਆਉਂਦਾ ਸਾਰਿਆਂ 'ਤੇ ਲੱਗ ਜਾਂਦਾ ਵੈਸੇ ਆਹ ਦੇਖੋ ਮਹਿੰਦਰਾ ਦਾ ਓਰਿਜਨਲ ਹੈ ਅਤੇ ਓਰਿਜਨਲ ਹੀ ਲੈ ਕੇ ਆਏ ਹਾਂ ਆਪਾਂ ਪ੍ਰਤਾਪ ਇਹਨੂੰ ਖੋਲ੍ਹੀ ਪੁੱਤ ਆਹ ਦੇਖੋ ਮੋਬਾਈਲ ਰੱਖਣ ਨੂੰ ਲਿਆਂਦਾ ਸਮਾਨ ਇਹ ਮਤਲਬ ਬਹੁਤ ਵਧੀਆ ਚੀਜ਼ ਆ ਯਾਰ ਵੈਸੇ ਤਾਂ ਆਪਾਂ ਪੋਕਟ ਬਣਵਾ ਲਈ ਸੀ ਪਰ ਇਹ ਚੀਜ਼ ਚਾਰਜਿੰਗ ਵੀ ਆ ਆਹ ਲਿਆਂਦਾ ਐਂਡ ਆਪਾਂ ਨੇ ਟਰੈਕਟਰ ਦਾ ਪੂਰੀ ਕਿੱਟੇ ਲਿਆਂਦੀ ਮੈਂ ਹਾਂ ਇਹ ਚਾਰਜਿੰਗ ਵਾਸਤੇ ਆ ਅਤੇ ਸਟਿੱਕਰ ਵੀ ਮਿਲੇ ਨੇ ਆਪਾਂ ਨੂੰ ਆਹ ਦੇਖੋ ਜੀ ਚਾਰਜਿੰਗ ਪੁਆਇੰਟ ਆਪਾਂ ਸਾਰਾ ਓਰਿਜਨਲ ਲਿਆਂਦਾ ਸਮਾਨ ਦੇਖੋ ਜੀ ਆਰ ਪੀ ਨੇ ਸਟਿੱਕਰ ਚਿਪਕਾਤਾ ਉਹ ਲਾਤਾ ਹੁਣ ਸੋਹਣਾ ਲੱਗਦਾ ਹੁਣ ਪਤਾ ਕੀ ਹੈ ਇਹ ਹੁਣ ਇਹ ਜੈਨੂਨ ਜੀ ਚੀਜ਼ ਲੱਗਦੀ ਆ ਉਹ ਦੇਖੋ ਮੋਬਾਈਲ ਚਾਰਜਰ ਬਾਕਸ ਬਈ ਇੱਕ ਗੱਲ ਆ ਓਰਿਜਨਲ ਚੀਜ਼ ਦਾ ਫਰਕ ਹੁੰਦਾ ਆਰ ਪੀ ਹੈ ਨਾ ਸਟਿੱਕਰ ਵਗੈਰਾ ਵੀ ਮਿਲਦੇ ਨੇ ਆਹ ਦੇਖੋ ਜੀ ਕੰਪਨੀ ਦੀ ਮੋਹਰ ਮਹਿੰਦਰਾ ਚਾਰਜਰ ਬਾਕਸ ਬੋਟਮ ਮੋਬਾਈਲ ਚਾਰਜਰ ਬਾਕਸ ਪ੍ਰਤਾਪ ਇੱਕ ਹੋਰ ਸੀ ਉਹ ਨਹੀਂ ਵਧੀਆ ਸੀਗੀ ਉਹ ਉਹਦੇ ਵਿੱਚ ਮੋਬਾਈਲ ਵੀ ਨਹੀਂ ਆਉਂਦਾ ਸੀ ਇਹਦੇ ਵਿੱਚ ਆਪਣਾ ਜੀ 13 Pro ਆ ਨਾ ਜਿਹੜਾ ਮੈਕਸ ਕਰਕੇ ਨਾ ਸਾਰਾ ਆਉਂਦਾ ਆਰ ਪੀ ਇਹ ਮਤਲਬ ਵੱਡੇ ਮੋਬਾਈਲ ਖਾਤਰ ਆ ਚੜਾਈ ਵੀ ਬਹੁਤ ਆ ਅਤੇ ਲੰਬਾਈ ਤਾਂ ਹੈਗੀ ਓ ਹੈਗੀ ਆ ਹੁਣ ਆਪਾਂ ਟਰੈਕਟਰ ਮੇਰਾ ਗਿਆ ਹੋਇਆ ਵਰਕਸ਼ਾਪ ਦੇ ਵਿੱਚ ਅਤੇ ਇਹ ਹੁਣ ਆਪਾਂ ਨੈਕਸਟ ਬਲੌਗ ਦੇ ਵਿੱਚ ਫਿੱਟ ਕਰਾਂਗੇ ਅਤੇ ਚਲਾਵਾਂਗੇ ਚਲੋ ਜੀ ਇਹ ਹੁਣ ਆਪਾਂ ਨੈਕਸਟ ਬਲੌਗ ਦੇ ਵਿੱਚ ਫਿੱਟ ਕਰਾਂਗੇ ਕਿਉਂਕਿ ਅੱਜ ਆਪਣੇ ਟਰੈਕਟਰ ਦੀ ਰਿਪੇਅਰ ਹੋ ਰਹੀ ਹੈ ਟਰੈਕਟਰ ਖੋਲ੍ਹਿਆ ਹੋਇਆ ਹੁਣ ਜਿਹੜਾ ਆਪਾਂ ਜਿਹੜਾ ਆਰਬੀ ਡੋਲ ਆ ਉਹ ਆਪਾਂ ਮਿਸਤਰੀ ਨੂੰ ਫੜਾਇਆ ਹੀ ਹੈ ਹੈ ਨਾ ਉਹ ਵੀ ਕੰਮ ਕਰ ਲਈਏ ਅਤੇ ਮੈਂ ਉਹਨੂੰ ਕਹਿ ਕੇ ਗਿਆ ਸੀ ਵੀਰੇ ਟਰੈਕਟਰ ਦੇ ਟਾਇਰ ਬਾਹਰ ਕੱਢ ਦੇ ਹੁਣ ਜਾ ਕੇ ਦੇਖਦੇ ਹਾਂ ਵੀ ਟਰੈਕਟਰ ਦੇ ਟਾਇਰ ਬਾਹਰ ਕੱਢੇ ਨੇ ਕਿ ਨਹੀਂ ਕੱਢੇ ਜੇ ਟਰੈਕਟਰ ਦੇ ਟਾਇਰ ਬਾਹਰ ਕੱਢੇ ਹੋਏ ਤੁਸੀਂ ਉਹ ਨੈਕਸਟ ਵਲੌਗ ਦੇ ਵਿੱਚ ਦੇਖੇਂਗੇ ਕਿਉਂਕਿ ਵਲੌਗ ਉਹ ਕਾਫੀ ਵੱਡਾ ਹੋ ਜਾਂਦਾ ਫਿਰ ਅੱਜ ਦਾ ਵਲੌਗ ਕੱਤ ਖਤਮ ਕਰਦੇ ਹਾਂ ਫਿਰ ਮਿਲਦੇ ਹਾਂ ਨੈਕਸਟ ਵਲੌਗ ਦੇ ਵਿੱਚ ਕੀਪ ਲਵਿੰਗ ਕੀਪ ਸਪੋਰਟਿੰਗ ਥੈਂਕਸ ਫੋਰ ਵਾਚਿੰਗ ਬਾਏ